ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇੱਕ ਨੌਜਵਾਨ ਨੂੰ ਪੰਜਾਬ ਪੁਲਿਸ ਦੇ ਵੱਲੋਂ 에ਅਰਪੋਰਟ ਤੋਂ ਕਾਬੂ ਕੀਤਾ ਗਿਆ ਤੇ ਇਸ ਨੌਜਵਾਨ ਤੇ ਇਲਜ਼ਾਮ ਇਹ ਨੇ ਕਿ ਇਸ ਨੇ ਵਿਆਹ ਤੋਂ ਬਾਅਦ ਲੜਕੀ ਨੂੰ ਧੋਖਾ ਦਿੱਤਾ ਸੀ। ਤਾਂ ਦੱਸ ਦਈਏ ਕਿ ਕੈਨੇਡਾ ਤੋਂ ਆਏ ਮੁੰਡੇ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਤੇ ਇਲਜ਼ਾਮ ਨੇ ਕਿ ਇਸ ਨੇ ਆਪਣੀ ਪਤਨੀ ਨੂੰ ਧੋਖਾ ਦਿੱਤਾ ਸੀ। ਵਿਆਹ ਤੋਂ ਬਾਅਦ ਲੜਕੀ ਨੂੰ ਕੈਨੇਡਾ ਬੁਲਾਉਣ ਦੇ ਬਦਲੇ ਇਸ ਨੇ ਉਹਨਾਂ ਤੋਂ 30 ਲੱਖ ਰੁਪਏ ਦੀ ਮੰਗ ਕਰ ਲਈ ਅਤੇ ਪੈਸੇ ਨਾ ਦੇਣ ਤੇ ਇਸ ਨੇ ਉਸ ਲੜਕੀ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ। ਤਾਂ ਵੀਜ਼ਾ ਤਾਂ ਕੀ ਲਗਵਾਉਣਾ ਸੀ, ਬਲਕਿ ਇਸ ਨੇ ਲੜਕੀ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ, ਜਿਸ ਤੋਂ ਬਾਅਦ ਸਹੁਰਿਆਂ ਦੇ ਵੱਲੋਂ ਲੜਕੇ ਦੀ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਅਤੇ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ। ਤਾਂ ਜਦੋਂ ਇਹ ਮੁੰਡਾ ਹੁਣ ਦਿੱਲੀ 에ਅਰਪੋਰਟ ਤੇ ਉਤਰਿਆ ਤਾਂ ਉਦੋਂ ਹੀ ਪੰਜਾਬ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ। ਤਾਂ ਨੂਰ ਮਹਿਲ ਪੁਲਿਸ ਦੇ ਵੱਲੋਂ ਦਿੱਲੀ 에ਅਰਪੋਰਟ ਤੋਂ ਗੁਰਵਿੰਦਰ ਨਾਂ ਦੇ ਇਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਢੰਗ ਦੇ ਨਾਲ ਇਸ ਨੂੰ ਕਾਬੂ ਕੀਤਾ ਗਿਆ। ਦਰਅਸਲ ਇਸ ਦੇ ਇਲਜ਼ਾਮ ਨੇ ਕਿ ਇਸ ਨੇ ਇੱਕ ਲੜਕੀ ਨੂੰ ਧੋਖਾ ਦਿੱਤਾ ਸੀ, ਪੰਜਾਬ ਦੇ ਵਿੱਚ ਵਿਆਹ ਕਰਵਾਇਆ ਤੇ ਲੜਕੀ ਨੂੰ ਕੈਨੇਡਾ ਲੈ ਕੇ ਜਾਣ ਦੀ ਬਜਾਏ ਇਸ ਨੇ ਉਸ ਨੂੰ ਤਲਾਕ ਦੇ ਦਿੱਤਾ ਅਤੇ ਪਹਿਲਾਂ ਉਸ ਤੋਂ ਵੀਜ਼ਾ ਲਗਵਾਉਣ ਦੇ ਬਦਲੇ 30 ਲੱਖ ਰੁਪਏ ਪਰਿਵਾਰ ਤੋਂ ਮੰਗਦਾ ਰਿਹਾ। ਜਦੋਂ ਪਰਿਵਾਰ ਨੇ ਪੈਸੇ ਨਾ ਦਿੱਤੇ ਤਾਂ ਇਸ ਨੇ ਦੱਸ ਦਈਏ ਕਿ ਤਲਾਕ ਦੇ ਕਾਗਜ਼ ਭੇਜ ਦਿੱਤੇ ਲੜਕੀ ਨੂੰ ਕਿ ਮੈਂ ਤੇਰੇ ਤੋਂ ਤਲਾਕ ਲੈਣਾ ਹੈ। ਦੂਜੇ ਪਾਸੇ ਸਹੁਰਿਆਂ ਦੇ ਵੱਲੋਂ ਲੜਕੇ ਦੀ ਸ਼ਿਕਾਇਤ ਕੀਤੀ ਗਈ ਪੰਜਾਬ ਪੁਲਿਸ ਦੇ ਕੋਲ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ, ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਤੇ ਹੁਣ ਜਿਉਂ ਹੀ ਇਹ ਮੁੰਡਾ 에ਅਰਪੋਰਟ ਤੇ ਉਤਰਿਆ, ਕੈਨੇਡਾ ਤੋਂ ਵਾਪਸ ਆਇਆ ਦਿੱਲੀ 에ਅਰਪੋਰਟ ਤੇ, ਤਾਂ ਇਸ ਨੂੰ ਕਾਬੂ ਕਰ ਲਿਆ ਗਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇੱਕ ਨੌਜਵਾਨ ਨੂੰ ਪੰਜਾਬ ਪੁਲਿਸ ਦੇ ਵੱਲੋਂ 에ਅਰਪੋਰਟ ਤੋਂ ਕਾਬੂ ਕੀਤਾ ਗਿਆ ਤੇ ਇਸ ਨੌਜਵਾਨ ਤੇ ਇਲਜ਼ਾਮ ਇਹ ਨੇ ਕਿ ਇਸ ਨੇ ਵਿਆਹ ਤੋਂ ਬਾਅਦ ਲੜਕੀ ਨੂੰ ਧੋਖਾ ਦਿੱਤਾ ਸੀ। ਤਾਂ ਦੱਸ ਦਈਏ ਕਿ ਕੈਨੇਡਾ ਤੋਂ ਆਏ ਮੁੰਡੇ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਤੇ ਇਲਜ਼ਾਮ ਨੇ ਕਿ ਇਸ ਨੇ ਆਪਣੀ ਪਤਨੀ ਨੂੰ ਧੋਖਾ ਦਿੱਤਾ ਸੀ। ਵਿਆਹ ਤੋਂ ਬਾਅਦ ਲੜਕੀ ਨੂੰ ਕੈਨੇਡਾ ਬੁਲਾਉਣ ਦੇ ਬਦਲੇ ਇਸ ਨੇ ਉਹਨਾਂ ਤੋਂ 30 ਲੱਖ ਰੁਪਏ ਦੀ ਮੰਗ ਕਰ ਲਈ ਅਤੇ ਪੈਸੇ ਨਾ ਦੇਣ ਤੇ ਇਸ ਨੇ ਉਸ ਲੜਕੀ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ। ਤਾਂ ਵੀਜ਼ਾ ਤਾਂ ਕੀ ਲਗਵਾਉਣਾ ਸੀ, ਬਲਕਿ ਇਸ ਨੇ ਲੜਕੀ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ, ਜਿਸ ਤੋਂ ਬਾਅਦ ਸਹੁਰਿਆਂ ਦੇ ਵੱਲੋਂ ਲੜਕੇ ਦੀ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਅਤੇ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ। ਤਾਂ ਜਦੋਂ ਇਹ ਮੁੰਡਾ ਹੁਣ ਦਿੱਲੀ 에ਅਰਪੋਰਟ ਤੇ ਉਤਰਿਆ ਤਾਂ ਉਦੋਂ ਹੀ ਪੰਜਾਬ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ। ਤਾਂ ਨੂਰ ਮਹਿਲ ਪੁਲਿਸ ਦੇ ਵੱਲੋਂ ਦਿੱਲੀ 에ਅਰਪੋਰਟ ਤੋਂ ਗੁਰਵਿੰਦਰ ਨਾਂ ਦੇ ਇਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਢੰਗ ਦੇ ਨਾਲ ਇਸ ਨੂੰ ਕਾਬੂ ਕੀਤਾ ਗਿਆ। ਦਰਅਸਲ ਇਸ ਤੇ ਇਲਜ਼ਾਮ ਨੇ ਕਿ ਇਸ ਨੇ ਇੱਕ ਲੜਕੀ ਨੂੰ ਧੋਖਾ ਦਿੱਤਾ ਸੀ, ਪੰਜਾਬ ਦੇ ਵਿੱਚ ਵਿਆਹ ਕਰਵਾਇਆ ਤੇ ਲੜਕੀ ਨੂੰ ਕੈਨੇਡਾ ਲੈ ਕੇ ਜਾਣ ਦੀ ਬਜਾਏ ਇਸ ਨੇ ਉਸ ਨੂੰ ਤਲਾਕ ਦੇ ਦਿੱਤਾ ਅਤੇ ਪਹਿਲਾਂ ਉਸ ਤੋਂ ਵੀਜ਼ਾ ਲਗਵਾਉਣ ਦੇ ਬਦਲੇ 30 ਲੱਖ ਰੁਪਏ ਪਰਿਵਾਰ ਤੋਂ ਮੰਗਦਾ ਰਿਹਾ। ਜਦੋਂ ਪਰਿਵਾਰ ਨੇ ਪੈਸੇ ਨਾ ਦਿੱਤੇ ਤਾਂ ਇਸ ਨੇ ਦੱਸ ਦਈਏ ਕਿ ਤਲਾਕ ਦੇ ਕਾਗਜ਼ ਭੇਜ ਦਿੱਤੇ ਲੜਕੀ ਨੂੰ ਕਿ ਮੈਂ ਤੇਰੇ ਤੋਂ ਤਲਾਕ ਲੈਣਾ ਹੈ। ਦੂਜੇ ਪਾਸੇ ਸਹੁਰਿਆਂ ਦੇ ਵੱਲੋਂ ਲੜਕੇ ਦੀ ਸ਼ਿਕਾਇਤ ਕੀਤੀ ਗਈ ਪੰਜਾਬ ਪੁਲਿਸ ਦੇ ਕੋਲ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ, ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਤੇ ਹੁਣ ਜਿਉਂ ਹੀ ਇਹ ਮੁੰਡਾ 에ਅਰਪੋਰਟ ਤੇ ਉਤਰਿਆ, ਕੈਨੇਡਾ ਤੋਂ ਵਾਪਸ ਆਇਆ ਦਿੱਲੀ 에ਅਰਪੋਰਟ ਤੇ, ਤਾਂ ਇਸ ਨੂੰ ਕਾਬੂ ਕਰ ਲਿਆ ਗਿਆ ਹੈ।